ਆਓ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਨਾ ਕਿਉਂ ਲੜਦੇ ਪਏ ਜੀ ਔਰ ਮੇਰੇ ਮਗਰ ਇਸ ਟਾਈਮ ਜੀ ਛੋਟੇ ਛੋਟੇ ਬੱਚੇ ਹੈਗੇ ਜੋ ਕਿ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ ਔਰ ਜੀ ਨਾਲੇ ਬਾਰਿਸ਼ ਆ ਰਹੀ ਅਤੇ ਬਹੁਤ ਹੀ ਜ਼ਿਆਦਾ ਤੇਜ਼ ਪੈ ਰਹੀ ਅਤੇ ਅਸੀਂ ਜਾ ਰਹੇ ਜ਼ਿਲ੍ਹੇ ਦੀ ਆ ਜਾ ਜਲਦੀ ਆ ਜਲਦੀ ਬਾਅਦ ਅਸੀਂ ਹੁਣ ਭੱਜ ਕੇ ਜਾ ਰਹੇ ਹਾਂ ਜੀ ਅਸਲਾਮ ਵਾਲੇਕੁਮ ਵੈਲਕਮ ਟੂ ਨਿਊ ਬ੍ਰੈਂਡ ਵਲੌਗ ਹਾਏ ਲਓ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਨਾ ਕਿਉਂ ਲੜਦੇ ਪਏ ਜੀ ਔਰ ਮੇਰੇ ਮਗਰ ਇਸ ਟਾਈਮ ਜੀ ਛੋਟੇ ਛੋਟੇ ਬੱਚੇ ਹੈਗੇ ਨੇ ਜੋ ਕਿ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ ਇਹਨਾਂ ਦਾ ਮੈਂ ਘਰ ਰੰਗ ਕਰ ਰਿਹਾ ਔਰ ਨਾਲੇ ਜੀ ਮੌਸਮ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਤਾਂ ਤੁਸੀਂ ਵੇਖ ਸਕਦੇ ਜੀ ਕੈਮਰੇ ਨਵੇਂ ਕੋਲ ਹੁਣ ਜੀ ਅਸੀਂ ਜਾ ਰਹੇ ਹਾਂ ਕੰਮ ਅਤੇ ਨਾਲ ਮੇਰੇ ਇੱਕ ਦੋਸਤ ਵੀ ਹੈਗਾ ਤਾਂ ਭਾਈ ਬਾਸ ਉਹਨਾਂ ਵਿੱਚ ਕੰਮ ਕਰਨ ਜਾਣਾ ਤਾਂ ਉਹ ਬੈਕ ਸਾਈਡ 'ਤੇ ਘਰ ਹੈਗੇ ਨੇ ਔਰ ਜੀ ਨਾਲੇ ਬਾਰਿਸ਼ ਆ ਰਹੀ ਅਤੇ ਬਹੁਤ ਹੀ ਜ਼ਿਆਦਾ ਤੇਜ਼ ਪੈ ਰਹੀ ਅਤੇ ਅਸੀਂ ਜਾ ਰਹੇ ਹਾਂ ਜ਼ਿਲ੍ਹੇ ਦੀ ਆ ਜਾ ਜਲਦੀ ਆ ਜਲਦੀ ਭੱਜ ਅਸੀਂ ਹੁਣ ਭੱਜ ਕੇ ਜਾ ਰਹੇ ਹਾਂ ਜੀ ਹੁਣ ਜੇ ਅਸੀਂ ਘਰ ਦੇ ਕੋਲ ਪਹੁੰਚ ਗਏ ਹਾਂ ਅਤੇ ਆ ਘਰ ਆ ਗਿਆ ਅਤੇ ਬੱਚੇ ਵਗੈਰਾ ਦੇ ਪਿੱਛੇ ਰਹਿ ਗਏ ਅਸਲਾਮ ਵਾਲੇਕੁਮ ਸੁਣਾ ਸਭ ਕੀ ਹਾਲ ਹੈ ਕੀ ਤੇਰਾ ਨਾਮ ਛੱਪਾ ਠੀਕ ਤੂੰ ਸੁਣਾ ਈਦ ਮੁਬਾਰਕ ਉਹ ਅੰਦਰ ਕੀ ਪਾਣੀ ਛਾਣੀ ਲੱਗੇ ਪਏ ਉਸ ਤੋਂ ਬਾਅਦ ਜੀ ਮੌਸਮ ਵੀ ਖਰਾਬ ਹੈ ਅਤੇ ਬਾਰਿਸ਼ ਵਗੈਰਾ ਵੀ ਆ ਰਹੀ ਆ ਤੁਸੀਂ ਵੇਖ ਸਕਦੇ ਜੀ ਕਿੰਨ ਮਹੀਨੇ ਹੋ ਰਹੀ ਅਤੇ ਆ ਪਾਣੀ ਵਗੈਰਾ ਵੀ ਉੱਤੇ ਰੁਕਿਆ ਹੋਇਆ ਉਸ ਤੋਂ ਬਾਅਦ ਜੀ ਤੁਸੀਂ ਆਹ ਵੇਖ ਸਕਦੇ ਸਾਡਾ ਸਮਾਨ ਵਗੈਰਾ ਈਦ ਤੋਂ ਪਹਿਲੇ ਸਾਰਾ ਦੋਵੇਂ ਖਿਲਿਆ ਅਤੇ ਆਹ ਅਸੀਂ ਫੁੱਲ ਵਗੈਰਾ ਸਾਰੇ ਅਸੀਂ ਮਨਾ ਦਿੱਤੇ ਸਨ ਅਤੇ ਥੱਲੇ ਬਾਰਡਰ ਵਗੈਰਾ ਵੀ ਲਾ ਦਿੱਤਾ ਸੀ ਬਾਰਡਰ ਅਸੀਂ ਹੁਣ ਆ ਕੇ ਲਾਇਆ ਅਤੇ ਆਹ ਰੁਲਾ ਹੈਗਾ ਸੀ ਜਿਹਦੇ ਨਾਲ ਮੈਂ ਹੁਣ ਧੋ ਕੇ ਇਹਨੂੰ ਇਹ 3 ਦਿਨ ਹੋ ਗਏ ਸੀ ਹੁਣ ਧੋਤਾ ਹੀ ਨਹੀਂ ਉਹ ਵੇਖ ਤੁਸੀਂ ਵੇਖ ਸਕਦੇ ਪਾਣੀ ਨਿਚੜ ਰਿਹਾ ਹੋਰ ਜੀ ਬਸ ਅੱਲਾ ਕੀਤਾ ਸਾਡਾ ਕੰਮ ਸਾਰਾ ਨਿਬੜ ਜਾ ਸੀ ਅਤੇ ਉਸ ਤੋਂ ਬਾਅਦ ਅਸੀਂ ਨੈਕਸਟ ਅਗਲੇ ਘਰ ਦੇ ਫਿਰ ਹੋ ਗਿਆ ਫਿਟ ਟੇਪ ਯਾਰ ਕਦੇ ਲੱਭਣੀ ਪੈਣੀ ਹੁਣ ਜੀ ਇਸ ਟਾਈਮ ਮੈਂ ਕੰਮ ਖਤਮ ਕਰਕੇ ਘਰ ਆ ਗਿਆ ਅਤੇ ਘਰ ਆਉਣ ਤੋਂ ਬਾਅਦ ਤੁਸੀਂ ਵੀ ਕਹਿ ਰਹੇ ਸੀ ਮੇਰੇ ਕੱਪੜੇ ਦੇ ਚੇਂਜ ਹੈਗੇ ਨੇ ਪਹਿਲੇ ਜਿਸ ਟਾਈਮ ਸੀਨ ਲਿਆ ਸੀ ਉਸ ਟਾਈਮ ਮੇਰੀ ਕੋਈ ਸ਼ਰਟ ਹੈਗੀ ਸੀ ਯੈਲੋ ਉਹ ਹੁਣ ਨੀਲੀ ਇਸ ਕਰਕੇ ਕਿ ਤੁਸੀਂ ਵੇਖ ਸਕਦੇ ਜੇ ਮੈਂ ਰੰਗ ਵਾਲੇ ਕੱਪੜੇ ਪਹਿਨੇ ਕਿਉਂਕਿ ਉੱਥੇ ਮੈਂ ਕੰਮ 'ਤੇ ਜਾ ਕੇ ਨਾ ਬਦਲੇ ਸੀ ਹੁਣ ਮੈਂ ਬਦਲਣ ਤਾਂ ਤੁਹਾਨੂੰ ਖਾ ਨਹੀਂ ਸਕਦਾ ਅਤੇ ਕੈਸਾ ਲੱਗਾ ਤੇਰਾ ਮਜ਼ਾਕ ਅੱਛਾ ਉਸ ਤੋਂ ਬਾਅਦ ਜੀ ਔਰ ਇੱਕ ਚੀਜ਼ ਤੁਸੀਂ ਨਹੀਂ ਭੁੱਲਣੀ ਚੈਨਲ ਨੂੰ ਲਾਈਕ ਅਤੇ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਿਆ ਜੇ ਨਾਲ ਜਿਹੜਾ ਘੰਟੀ ਵਾਲਾ ਬਟਨ ਹੈ ਉਹਨੂੰ ਵੀ ਦਬਾ ਦਿਆ ਜੀ ਤਾਂ ਕਿ ਅਗਲੀ ਵੀਡੀਓ ਮੈਂ ਜਿਹੜੀ ਵੀ ਅਪਲੋਡ ਕਰਾਂ ਸਾਰਿਆਂ ਨਾਲ ਪਹਿਲਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਵੇ ਹੁਣ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਉਹਨੀ ਦੇਰ ਨੂੰ ਆਪਣਾ ਖਿਆਲ ਰੱਖਿਆ ਜੀ ਓਕੇ ਅੱਲਾ ਹਾਫਿਜ਼